ਅੱਜ ਹਰਿਮੰਦਰ ਸਾਹਿਬ ਵਿਖੇ ਸਪਾਈਨਲ ਕੋਰਡ ਇੰਜਰੀ ਐਸੋਸੀਏਸ਼ਨ ਵੱਲੋਂ ਜਿਹੜਾ ਅਲੱਗ ਅਲੱਗ ਦੇਸ਼ ਦੇ ਪੰਜਾਬ ਦੇ ਕੋਨੇ 'ਚ ਜਿਨ੍ਹਾਂ ਦੇ ਰੀੜ੍ਹ ਦੀ ਹੱਡੀ 'ਤੇ ਸੱਟ ਲੱਗੀ ਆ, ਜਿਹੜੇ ਉੱਠ ਨਹੀਂ ਸਕਦੇ, ਉਹਨਾਂ ਨੂੰ ਜੀਵਨ ਜਾਚ ਦਿੱਤੀ ਹੈ ਜੀਣ ਦੀ। ਔਰ ਉਹ ਸਾਰੇ ਇੱਥੇ ਲੈ ਕੇ ਸਾਡੇ ਪਿੰਗਲਵੜਾ, ਜਿੱਥੇ ਕਿ ਬਹੁਤ ਵੱਡੀ ਐਸੋਸੀਏਸ਼ਨ ਬੀਬੀ ਵਾਲੇ ਨੇ, ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਸਾਰਿਆਂ ਨੂੰ ਜਿਹੜੇ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਆਏ ਆ, ਇਹਨਾਂ ਨੂੰ ਦਰਸ਼ਨ ਕਰਾਉਣ ਲਈ ਲੈ ਕੇ ਆਏ ਆ। ਦਰਬਾਰ ਸਾਹਿਬ ਸਾਡੇ ਪਾਤਸ਼ਾਹ ਗੁਰੂ ਸਾਹਿਬ ਦਾ ਪ੍ਰਕਾਸ਼ ਕਰਵਾ ਰਿਹਾ ਇਹ, ਕਿਉਂਕਿ ਵਾਰ ਵਾਰ ਨਹੀਂ ਆ ਸਕਦੇ, ਸੋ ਇਹਨਾਂ ਨੂੰ ਅੱਜ ਸਾਰਿਆਂ ਨੂੰ ਇੱਥੇ ਦਰਸ਼ਨ ਕਰਾਉਣੇ ਨੇ। ਤਕਰੀਬ 100 ਦੇ ਕਰੀਬ ਚੇਅਰ ਹੈ ਜਿਹੜੀ ਪਿੰਗਲਵਾੜੇ ਵਿਖੇ ਅਸੀਂ ਦੇਵਾਂਗੇ ਇਹਨਾਂ ਨੂੰ, ਜਿਹੜੇ ਸਪਾਈਨਲ ਕੋਰਡ ਦੀ ਇੰਜਰੀ ਕਰਕੇ ਜਿਹੜੇ ਬਿਲਕੁਲ ਜ਼ਿੰਦਗੀ ਤੋਂ ਹਾਰ ਕੇ ਮੰਜੇ 'ਤੇ ਪੈ ਗਏ ਸੀਗੇ, ਅਸੀਂ ਹੁਣ ਖਤਮ ਹੋ ਗਏ ਹਾਂ। ਉਹ ਅਲੱਗ ਅਲੱਗ ਇਹਨਾਂ ਦੀਆਂ ਘਟਨਾਵਾਂ ਦੁਰਘਟਨਾਵਾਂ ਨੇ ਜਿਨ੍ਹਾਂ ਨੂੰ ਇਹ ਆਪ ਚੰਗੀ ਤਰ੍ਹਾਂ ਬਿਆਨ ਕਰ ਸਕਦੇ ਆ। ਬੜੀ ਮਤਲਬ ਜੀਵਨ ਜਿੱਥੇ ਇੱਕ ਅੰਤ ਹੋ ਗਿਆ ਸੀ, ਉੱਥੋਂ ਦਵਿੰਦਰ ਹੋਣਾ ਇਹਨਾਂ ਦੀ ਸਮੁੱਚੀ ਟੀਮ ਨੇ ਉਹਨਾਂ ਨੂੰ ਉਠਾਇਆ, ਉੱਠ ਕੇ ਜੀਵਨ ਦੀ ਜਾਂਚ ਦੱਸੀ। ਅੱਜ ਇਹ ਗੁਰੂ ਰਾਮਦਾਸ ਦੇ ਘਰ ਸ਼ੁਕਰਾਨਾ ਕਰਨ ਆਏ ਨੇ ਆਪਣੀ ਜ਼ਿੰਦਗੀ ਜਿਉਣ ਵਾਸਤੇ। ਔਰ ਇਹਨਾਂ ਲੋਕਾਂ ਦੇ ਪਰਿਵਾਰ ਜਿਹੜੇ ਕਿ ਬਹੁਤ ਮਤਲਬ ਡਿਪਰੈਸ਼ਨ 'ਚ ਚਲੇ ਗਏ ਸੀ, ਉਹ ਅੱਜ ਸਾਰੇ ਖੁਸ਼ ਨੇ, ਔਰ ਜਿੰਨਾ ਰੱਬ ਨੇ ਦਿੱਤਾ ਆ ਉਹਦੇ ਤੋਂ ਖੁਸ਼ ਨੇ, ਔਰ ਪਰਮਾਤਮਾ ਦਾ ਸ਼ੁਕਰਾਨਾ ਕਰਨਾ।